ਪਿਛਲੇ ਸਮੇਂ ਦੇ ਵਿੱਚ ਮਰਦ ਨੂੰ ਜ਼ਿਆਦਾ ਅਧਿਕਾਰ ਦਿੱਤੇ ਗਏ, ਔਰਤ ਨੂੰ ਹਮੇਸ਼ਾ ਹੀ ਕਮਜ਼ੋਰ ਸਮਝਿਆ ਗਿਆ। ਅੱਜ ਫਿਰ ਰਾਜਨੀਤਿਕ, ਆਰਥਿਕ, ਸਮਾਜਿਕ ਤੌਰ ਤੇ ਵਿੱਦਿਆ ਦੇ ਖੇਤਰ ਵਿੱਚ ਔਰਤਾਂ ਨੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਨੇ ਅਤੇ ਸਮਾਜ ਦੇ ਵਿੱਚ ਵੀ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਕਿ ਇਹਨਾਂ ਔਰਤਾਂ ਨੂੰ ਮਰਦਾਂ ਦੇ ਸਮਾਨ ਸਾਰੇ ਅਧਿਕਾਰ ਮਿਲਣ। ਮੈਂ ਅੱਜ ਆਪ ਜੀ ਦੇ ਸਾਹਮਣੇ ਔਰਤ ਦੀ ਸਮਾਨਤਾ ਬਾਰੇ ਇਹ ਕਵਿਤਾ ਕਹਿਣ ਜਾ ਰਿਹਾ ਹਾਂ। ਔਰਤ ਨੂੰ ਕੀ ਸਮਝਿਆ ਜਾਂਦਾ ਸੀ ਅਤੇ ਅੱਜ ਔਰਤ ਨੂੰ ਕਿਹੜਾ ਸਥਾਨ ਸਾਡੇ ਵੱਲੋਂ ਦੇਣਾ ਬਣਦਾ ਹੈ ਕਿ ਸਦੀਆਂ ਤੋਂ ਲਿਤਾੜੀ ਇਹ ਜਾ ਰਹੀ ਸੀ, ਸਦੀਆਂ ਤੋਂ ਲਿਤਾੜੀ ਇਹ ਜਾ ਰਹੀ ਸੀ, ਕੀਤਾ ਜਾ ਰਿਹਾ ਦੁਰਵਿਵਹਾਰ ਅੱਜ ਵੀ, ਦਾਜ ਦਹੇਜ ਦੇ ਮਸਲੇ ਵੀ ਵੱਧ ਰਹੇ ਨੇ ਤੇ ਸਹਿ ਰਹੀ ਇਹ ਤਾਂ ਅੱਤਿਆਚਾਰ ਅੱਜ ਵੀ, ਥਾਂ ਥਾਂ ਤੇ ਕਈ ਮਾਸੂਮ ਬੱਚੀਆਂ ਵਹਿਸ਼ੀ ਪੁਣੇ ਦਾ ਬਣਨ ਸ਼ਿਕਾਰ ਅੱਜ ਵੀ, ਹਾਲਤ ਵੱਧ ਤੋਂ ਵੱਧਤਰ ਹੈ ਹੋ ਚੁੱਕੀ, ਸ਼ਰੇਆਮ ਹੋ ਰਹੇ ਬਲਾਤਕਾਰ ਅੱਜ ਵੀ, ਹਾਲਤ ਵੱਧ ਤੋਂ ਵੱਧਤਰ ਹੈ ਹੋ ਚੁੱਕੀ, ਸ਼ਰੇਆਮ ਹੋ ਰਹੇ ਬਲਾਤਕਾਰ ਅੱਜ ਵੀ, ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਚ ਕੁੜੀਆਂ ਚਿੜੀਆਂ ਲਈ ਪਰੇਸ਼ਾਨੀਆਂ ਨੇ, ਬੱਸਾਂ ਗੱਡੀਆਂ ਵਿੱਚ ਵੀ ਬੁਰੀ ਹਾਲਤ, ਕਈ ਮਨ ਚੱਲੇ ਕਰਦੇ ਛੇੜਖਾਨੀਆਂ ਨੇ, ਹਰ ਵੇਲੇ ਹੀ ਨੌਕਰੀ ਕਰਦਿਆਂ ਵੀ ਘੇਰੀ ਰੱਖਦੀਆਂ ਨਜ਼ਰਾਂ ਬੇਗਾਨੀਆਂ ਨੇ। ਇਹ ਸਭ ਦੇਖ ਕੇ ਇਉਂ ਪ੍ਰਤੀਤ ਹੁੰਦਾ ਘੋਰ ਕਲਯੁਗ ਦੀਆਂ ਇਹ ਨਿਸ਼ਾਨੀਆਂ ਨੇ, ਇਹ ਸਭ ਦੇਖ ਕੇ ਇਉਂ ਪ੍ਰਤੀਤ ਹੁੰਦਾ ਘੋਰ ਕਲਯੁਗ ਦੀਆਂ ਇਹ ਨਿਸ਼ਾਨੀਆਂ ਨੇ। ਤੇ ਧਨ ਮਾਪੇ ਉਹ ਸੱਚਮੁੱਚ ਧਨ ਮਾਪੇ, ਧਨ ਮਾਪੇ ਉਹ ਸੱਚਮੁੱਚ ਧਨ ਮਾਪੇ, ਵਾਂਗ ਲੜਕਿਆਂ ਚਾਹੁੰਦੇ ਜੋ ਲੜਕੀਆਂ ਨੂੰ ਜਨਮ ਦਿਨ ਮਨਾ ਕੇ ਇਹਨਾਂ ਦੇ ਵੀ ਜਾਚਕ ਗੱਲ ਨਾਲ ਲਾਉਂਦੇ ਜੋ ਲੜਕੀਆਂ ਨੂੰ ਵੱਡੇ ਜਿਗਰੇ ਨਾਲ ਪੈਸਾ ਖਰਚ ਕੇ ਤੇ ਲੜਕਿਆਂ ਵਾਂਗ ਪੜ੍ਹਾਉਂਦੇ ਜੋ ਲੜਕੀਆਂ ਨੂੰ ਤੇ ਬਿਨਾਂ ਕਿਸੇ ਦੀ ਕੋਈ ਪਰਵਾਹ ਕੀਤੇ ਵਿਦਿਆ ਦਾਨ ਦਿਵਾਉਂਦੇ ਜੋ ਲੜਕੀਆਂ ਨੂੰ, ਬਿਨਾਂ ਕਿਸੇ ਦੀ ਕੋਈ ਪਰਵਾਹ ਕੀਤੇ ਵਿਦਿਆ ਦਾਨ ਦਿਵਾਉਂਦੇ ਜੋ ਲੜਕੀਆਂ ਨੂੰ, ਤੋ ਇੱਜ਼ਤ ਕਰਨ ਦੇ ਲਈ ਫਿਰ ਔਰਤਾਂ ਦੀ, ਇੱਜ਼ਤ ਕਰਨ ਦੇ ਲਈ ਫਿਰ ਔਰਤਾਂ ਦੀ
ਰਲ ਮਿਲ ਬੈਠ ਕੇ ਸੋਚ ਵਿਚਾਰ ਕਰੀਏ, ਜਗਤ ਜਨਨੀ ਨੂੰ ਸਤਿਗੁਰਾਂ ਧੰਨ ਕਿਹਾ, ਉੱਚਾ ਸੁੱਚਾ ਹਮੇਸ਼ਾ ਵਿਵਹਾਰ ਕਰੀਏ, ਸਾਡੀ ਸਫਲਤਾ ਪਿੱਛੇ ਹੈ ਹੱਥ ਇਸ ਦਾ, ਜਾਚਕ ਇਸ ਦਾ ਮਾਣ ਸਤਿਕਾਰ ਕਰੀਏ, ਪਰ ਨਾਰੀ ਦੇ ਸੁੰਦਰ ਸਰੂਪ ਵਿੱਚੋਂ ਮਾਂ ਭੈਣ ਤੇ ਧੀ ਦਾ ਦੀਦਾਰ ਕਰੀਏ, ਪਰ ਨਾਰੀ ਦੇ ਸੁੰਦਰ ਸਰੂਪ ਵਿੱਚੋਂ ਮਾਂ ਭੈਣ ਤੇ ਧੀ ਦਾ ਦੀਦਾਰ ਕਰੀਏ, ਹਰ ਇੱਕ ਪੱਖ ਤੋਂ ਮਰਦ ਤੇ ਔਰਤਾਂ ਦੇ ਇੱਕੋ ਜਿਹੇ ਹੀ ਨੇ ਸਰੋਕਾਰ ਸਾਰੇ, ਹਰ ਇੱਕ ਪੱਖ ਤੋਂ ਮਰਦ ਤੇ ਔਰਤਾਂ ਦੇ ਇੱਕੋ ਜਿਹੇ ਹੀ ਨੇ ਸਰੋਕਾਰ ਸਾਰੇ, ਇੱਕੋ ਸਿੱਕੇ ਦੇ ਅਸੀਂ ਹਾਂ ਦੋ ਪਾਸੇ, ਲਈਏ ਦਿਲ ਵਿੱਚ ਜਾਚਕ ਇਹ ਧਾਰ ਸਾਰੇ, ਦਿੱਤੀ ਜਾਏ ਬਰਾਬਰੀ ਹਰ ਪੱਖੋਂ ਤੇ ਦਿੱਤੇ ਇਹਨਾਂ ਨੂੰ ਜਾਣ ਅਧਿਕਾਰ ਸਾਰੇ, ਇੱਕ ਦੂਜੇ ਦੇ ਮੋਢੇ ਨਾਲ ਜੋੜ ਮੋਢਾ, ਪਾਈਏ ਦੁਨੀਆਂ ਵਿੱਚ ਮਾਣ ਸਤਿਕਾਰ ਸਾਰੇ, ਇੱਕ ਦੂਜੇ ਦੇ ਮੋਢੇ ਨਾਲ ਜੋੜ ਮੋਢਾ, ਪਾਈਏ ਦੁਨੀਆਂ 'ਚ ਮਾਣ ਸਤਿਕਾਰ ਸਾਰੇ, ਪਾਈਏ ਦੁਨੀਆਂ ਵਿੱਚ ਮਾਣ ਸਤਿਕਾਰ ਸਾਰੇ, ਪਾਈਏ ਦੁਨੀਆਂ ਵਿੱਚ ਮਾਣ ਸਤਿਕਾਰ ਸਾਰੇ।